ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਇੱਕ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜਿਸ ਦੇ ਵਿੱਚ 305 ਵੈਕੈਂਸੀ ਜਿਹੜੀਆਂ ਨੇ ਆਲ ਆਊਟ ਹੋ ਚੁੱਕੀਆਂ ਨੇ ਅਲੱਗ-ਅਲੱਗ ਵੈਕੈਂਸੀਜ਼ ਨੇ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦਵਾਗਾ ਸੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਜੀ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਅਗਰ ਮੈਂ ਗੱਲ ਕਰਾਂ ਹੋਰ ਵੀ ਕਈ ਵੈਕੈਂਸੀਜ਼ ਜਿਹੜੇ ਨੇ ਜੀ ਉਹ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਗੂਗਲ ਤੇ ਜਾ ਕੇ ਟਾਈਪ ਕਰਨਾ ਹੈ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਆ ਜੀ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਹੀ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਲੈ ਸਕਦੇ ਹੋ ਤੇ ਚੈ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਜੀ ਸਭ ਤੋਂ ਪਹਿਲਾਂ ਅਗਰ ਤੁਸੀਂ ਗੱਲ ਕਰੀਏ ਇਹਦੇ ਲਈ ਅਪਲਾਈ ਕਿਦਾਂ ਕਰਨਾ ਹੋਏਗਾ ਜੀ ਇਹ ਐਪਲੀਕੇਸ਼ਨ ਫਾਰਮ ਹੈ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗਾ ਡਾਊਨਲੋਡ ਕਰਨ ਦੇ ਲਈ ਇਹਨਾਂ ਤੁਸੀਂ ਡਾਊਨਲੋਡ ਕਰ ਲੈਣਾ ਹੈ ਜੀ ਔਰ ਪੂਰੇ ਦਾ ਪੂਰਾ ਫਾਰਮ ਤੁਹਾਨੂੰ ਜਿਹੜਾ ਹੈ ਫਿਲ ਕਰਨਾ ਪਏਗਾ ਫਿਲ ਕਰਨ ਦੇ ਲਈ ਤੁਸੀਂ ਸਿੰਪਲੀ ਕੈਪੀਟਲ ਵਰਡਸ ਯੂਜ਼ ਕਰਨੇ ਨੇ ਔਰ ਇਹ ਸਾਰਾ ਫਾਰਮ ਜਿਹੜਾ ਡਿਟੇਲ ਤੁਸੀਂ ਪੂਰਾ ਪੜਨਾ ਹੋਏਗਾ ਜੀ ਪੂਰੀ ਡਿਟੇਲ ਜਿਹੜੀ ਜਿੰਨੀ ਵੀ ਮੰਗੀ ਹੋਈ ਹੈ ਤੁਹਾਡੇ ਐਕਸਪੀਰੀਅੰਸ ਜਾਂ ਤੁਹਾਡੀ ਜਿਹੜੀ ਵੀ ਤੁਹਾਡੀ ਕੁਆਲੀਫਿਕੇਸ਼ਨ ਹੈ ਨੇਮ ਐਡਰੈਸ ਟੋਟਲ ਐਕਸਪੀਰੀਅੰਸ ਸਭ ਕੁ ਲੈਫਟ ਹੱਥ 임ਪ੍ਰੈਸ਼ਨ ਦੇਣਾ ਹੈ ਜੀ ਪਲੇਸ اور ਡੇਟ ਇੱਥੇ ਮੈਂਸ਼ਨ ਕਰ ਦੇਣੀ ਹੈ ਤੁਸੀਂ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਵੈਕੈਂਸੀਜ਼ ਦੀ ਹੁਣ ਅਸੀਂ ਗੱਲ ਕਰ ਲੈਨੇ ਆਲੱਗ-ਆਲੱਗ ਵੈਕੈਂਸੀ ਜਿਹੜੀਆਂ ਨਹੀਂ ਜੀ ਉਹ ਆਊਟ ਕੀਤੀਆਂ ਗਈਆਂ ਨੇ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਵੀਡੀ ਵੈਕੈਂਸੀ ਹੈ ਮਲਟੀ ਸਕਿਲਡ ਵਰਕਰ ਮੈਸਨ ਦੀ ਵੈਕੈਂਸੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਸੈਕੰਡ ਪੋਸਟ ਦੀ ਗੱਲ ਕਰਾਂ ਮਲਟੀ ਸਕਿਲਡ ਵਰਕਰ ਨਰਸਿੰਗ ਅਸਿਸਟੈਂਟ ਦੀ ਵੈਕੈਂਸੀ ਜਿਸ ਦੇ ਵਿੱਚ 18 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਇਸ ਦੇ ਵਿੱਚ ਰਿਲੈਕਸੇਸ਼ਨ ਜਿਹੜੀ ਦਿੱਤੀ ਗਈ ਹੈ ਇੱਕ ਸਰਵਿਸਮੈਨ ਨੂੰ 40 ਸਾਲ ਤੱਕ ਦੀ ਠੀਕ ਹੈ ਜਨਰਲ ਕੈਂਡੀਡੇਟਸ ਜਿਹੜੇ ਅਗਰ ਹੋਣਗੇ ਤੇ ਉਹ ਐਕਟਰੀਸ ਮੈਨੇ 43 ਸਾਲ ਤੱਕ ਦੀ OBC ਕੈਂਡੀਡੇਟ ਨੂੰ 45 ਸਾਲ ਤੱਕ ਦੀ ਛੂੜ ਜਿਹੜੀ ਦਿੱਤੀ ਜਾਏਗੀ ਇਹਦੇ ਸੇਮ ਅਗਰ ਗੱਲ ਕਰੀਏ ਮਲਟੀ ਸਕਿਲ ਵਰਕਰ ਨਰਸਿੰਗ ਅਸਿਸਟੈਂਟ ਦੀ ਤਾਂ 18 ਤੋਂ 27 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਜੀ ਔਰ ਏਜ ਰੈਲੈਕਸੇਸ਼ਨ ਵੀ ਇਸ ਦੇ ਵਿੱਚ ਦਿੱਤੀ ਜਾਏਗੀ ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਕੁਆਲੀਫਿਕੇਸ਼ਨ ਦੀ ਕੀ ਕੀ ਕੁਆਲੀਫਿਕੇਸ਼ਨ ਰਿਕੁਆਇਰਡ ਹੈ ਉਹ ਦੱਸ ਦੇਣਾ ਤੁਹਾਨੂੰ ਪਹਿਲਾਂ ਔਰ ਇਸ ਦੇ ਵਿੱਚ ਅਗਰ ਅਸੀਂ ਐਪਲੀਕੇਸ਼ਨ ਫੀ ਦੀ ਗੱਲ ਕਰੀਏ ਜਿਹੜੀ ਕੈਂਡੀਡੇਟ ਜਨਰਲ ਨੇ ਠੀਕ ਹੈ ਜੀ ای ਡਬਲਯੂ ਐਸ ਨੇ ਇਨਕਲੂਡਿੰਗ ਐਕਸਟਰਾ ਰੀਸਨ 50 ਰੁਪਏ ਪੇ ਕਰਨੇ ਹੋਣਗੇ ਅਦਰ ਬੈਕਵਰਡ ਕਲਾਸ ਨੂੰ 50 ਰੁਪਏ ਨੇ ਸ਼ੈਡਿਊਲ ਕਾਸ ਤੇ ਐਸਟੀ ਜਿਹੜੇ ਕੈਂਡੀਡੇਟ ਨੇ ਸ਼ੈਡਿਊਲ ਟ్రਾਈਬ ਵਾਲੇ ਉਹਨਾਂ ਨੂੰ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਐਪਲੀਕੇਸ਼ਨ ਫੀ ਪੇ ਨਹੀਂ ਕਰਨਾ ਹੋਊਗਾ ਜੀ ਨੈਕਸਟ ਅਗਰ ਗੱਲ ਕਰਾਂ ਕਿੱਦਾਂ ਅਪਲਾਈ ਕਰਨਾ ਹੈ ਇੰਗਲਿਸ਼ ਹਿੰਦੀ ਦੇ ਵਿੱਚ ਤੁਸੀਂ ਦੋਨਾਂ ਦੇ ਵਿੱਚ ਜਿਹੜਾ ਫਾਰਮ ਦਿੱਤਾ ਸੀ ਦਿਖਾਇਆ ਸੀ ਤੁਹਾਨੂੰ ਮੈਂ ਉਹ ਤੁਸੀਂ ਫਿਲ ਕਰਨਾ ਹੋਏਗਾ ਇਸ ਦੇ ਵਿੱਚ ਕੁਆਲੀਫਿਕੇਸ਼ਨ ਦੀ ਗੱ ਇਸ ਦੇ ਵਿੱਚ ਜਿਹੜਾ ਮਲਟੀ ਸਕਿਲਡ ਵਰਕਰ ਮੈਸਨ ਦੀ ਵੈਕੈਂਸੀਜ਼ ਨੇ ਜਿਹਨਾਂ 10th ਪਾਸ ਕੀਤੀ ਹੋਈ ਕੈਂਡੀਡੇਟ ਐਲੀਜੀਬਲ ਹੋਣਗੇ ਔਰ ਉਹਨਾਂ ਕੋਲ ਸਰਟੀਫਿਕੇਟ ਜਿਹੜਾ ਹੋਣਾ ਚਾਹੀਦਾ ਹੈ ਬਿਲਡਿੰਗ ਕੰਸਟਰਕਸ਼ਨ ਦਾ ਬ੍ਰਿਕਸ ਮੈਸਨ ਦਾ ਠੀਕ ਹੈ ਜੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਤੋਂ ਕਿਸੇ ਵੀ ਇੰਡਸਟਰੀਅਲ ਟ੍ਰੇਡ ਸਰਟੀਫਿਕੇਟ ਹੋਣਾ ਚਾਹੀਦਾ ਨੈਸ਼ਨਲ ਕਾਉਂਸਲ ਫਾਰ ਟ੍ਰੇਨਿੰਗ ਐਂਡ ਵੋਕੇਸ਼ਨਲ ਟ੍ਰੇਡ ਦਾ ਸਰਟੀਫਿਕੇਟ ਹੈਗਾ ਜਾਂ ਸਟੇਟ ਕਾਉਂਸਲ ਆਫ ਵੋਕੇਸ਼ਨਲ ਟ੍ਰੇਨਿੰਗ ਦਾ ਜਿਹੜਾ ਸਰਟੀਫਿਕੇਟ ਹੈ ਅਗਰ ਹੈ ਤਾਂ ਉਹ ਇਧਰ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ ਜ ਇਲੈਕਸ਼ਨ ਜਿਹੜੀ ਇਹ ਚ ਹੋਏਗੀ ਔਰ ਪਲੱਸ ਫਿਜ਼ੀਕਲ ਸਟੈਂਡਰਡ ਵੀ ਤੁਹਾਡੇ ਜਿਹੜੇ ਚੈੱਕ ਕੀਤੇ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਮਲਟੀ ਸਕਿਲਡ ਵਰਕਿੰਗ ਨਰਸਿੰਗ ਦੀ ਵੈਕੈਂਸੀ ਜਿਨ੍ਹਾਂ ਨੇ ਪਲੱਸ 2 ਪਾਸ ਆਊਟ ਕੀਤੀ ਹੋਈ ਹੈ ਉਹ ਕੈਂਡੀਡੇਟ ਇਹਦੇ ਵਿੱਚ ਐਲੀਜੀਬਲ ਹੋਣਗੇ ਤੇ ਅਪਲਾਈ ਕਰ ਸਕਣਗੇ ਪ੍ਰੈਸ 2 ਜਿਨ੍ਹਾਂ ਨੇ ਬਾਇਓਲੋਜੀ ਦੇ ਵਿੱਚ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ਡ ਬੋਰਡ ਯੂਨੀਵਰਸਿਟੀ ਤੋਂ ਇੱਕ ਸਾਲ ਦਾ ਸਰਟੀਫਿਕੇਟ ਉਹਨਾਂ ਕੋਲ ਹੈਗਾ ਨਰਸਿੰਗ ਦਾ ਠੀਕ ਹੈ ਜੀ অক্সਿਲਰੀ ਨਰਸਿੰਗ ਦਾ ਟਮਿਡਵਾਈਫਰਰੀ ਦਾ ਐਨਐਮ ਸਰਟੀਫਿਕੇਟ ਹੈਗਾ ਇਸ ਦੇ ਇਕੁਇਲੈਂਟ ਜਾਂ ਹਾਇਰ ਕੁਆਲਿਫਿਕੇਸ਼ਨ ਹੈਗੀ ਹੈ ਜੋ ਕਿ ਨਰਸਿੰਗ ਫੀਲਡਿੰਗ ਫੀਲਡ ਦੇ ਵਿੱਚ ਹੋਵੇ ਜਾਂ ਫਾਰਮੇਸੀ ਦੇ ਵਿੱਚ ਹੋਵੇ ਉਹ ਅਪਲਾਈ ਕਰ ਸਕਦੇ ਨੇ ਸੋ ਇਸ ਦੇ ਵਿੱਚ ਪ੍ਰੋਫੀਸ਼ੀਨ ਟੈਸਟ ਦਿੱਤਾ ਜਾਏਗਾ ਟ੍ਰੇਡ ਦਾ ਸੋ ਉਹ ਤੁਹਾਡਾ ਤੁਹਾਨੂੰ ਜਿਹੜਾ ਪਾਸ ਆਊਟ ਕਰਨਾ ਹੀ ਪਏਗਾ ਜੀ ਇਸ ਦੇ ਵਿੱਚ ਤੁਹਾਡੇ ਕੋਲ ਜਿਹੜੀ ਮੇਨ ਸਿਲੇਬਸ ਹੈ ਉਹ نیچے ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਾਫ 18000 ਤੋਂ ਲੈ ਕੇ 56900 ਮਲਟੀ ਸਕਿੱਲ ਵਰਕਰ ਮੈਸਜ ਨਹੀਂ ਰਹੇਗੀ ਤੇ ਸੇਮ ਹੀ ਸੈਲਰੀ ਜਿਹੜੀ ਹੈ ਜੀ ਨਰਸਿੰਗ ਅਸਿਸਟੈਂਟ ਦੀ ਇਹਦੇ ਵਿੱਚ ਰਹੇਗੀ ਇਸ ਦੇ ਵਿੱਚ ਉਹਨਾਂ ਨੇ ਪੂਰਾ ਫਾਰਮ ਜਿਹੜਾ ਇਹ ਨੋਟੀਫਿਕੇਸ਼ਨ ਜਿਹੜਾ ਬੀਆਰਓ ਵੱਲੋਂ ਬੋਰਡ ਰੋਡ ਆਰਗੇਨਾਈਜੇਸ਼ਨ ਵੱਲੋਂ ਆਊਟ ਕੀਤਾ ਗਿਆ ਹੈ ਜੀ ਸੋ ਇਹਦੇ ਰਿਲੇਟਡ ਆਲ ਇੰਡੀਆ ਵੈਕੈਂਸੀਜ਼ ਹੁੰਦੀਆਂ ਨੇ ਔਰ ਆਲ ਇੰਡੀਆ ਹੀ ਇਹਦੀ ਪੋਸਟਿੰਗ ਵੀ ਹੁੰਦੀ ਹੈ ਸੋ ਇਹਦੇ ਵਿੱਚ ਤੁਸੀਂ ਜ਼ਰੂਰ ਅਪਲਾਈ ਕਰਨਾ ਹੈ ਜੀ ਕਾਫੀ ਸਾਰੇ ਕੈਂਡੀਡੇਟ ਹੁੰਦੇ ਨੇ ਜੋ ਹਰ ਸਾਲ ਆਲ ਇੰਡੀਆ ਤੋਂ ਅਪਲਾਈ ਕਰਦੇ ਨੇ ਸੋ ਸਿੰਪਲ ਜੀ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਜੀ ਜਲਦੀ ਨਾਲ ਜਾ ਕੇ ਅਪ notification ਵੀ ਮਿਲ ਜੇਗਾ ਮੈਂ ਲਿੰਕ ਵੀ ਡਿਸਕ੍ਰਿਪਸ਼ਨ ਚ ਤੁਹਾਨੂੰ ਦੇ ਦਵਾਂਗਾ ਸੋ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੋਏਗਾ ਤੁਸੀਂ ਤੁਹਾਨੂੰ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ-ਨਵੇਂ ਵੈਕੈਂਸੀਜ਼ ਜਿਹੜੀਆਂ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ 2022 ਦਾ ਜੋ ਕਿ ਬੀਆਰਓ ਲੋਡ ਕੀਤਾ ਗਿਆ ਹੈ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ